ਹਨ ਪਾਕਿਸਤਾਨੀ ਆਵਾਮ ਤੋਂ ਪਿੱਛੇ ਬਾਸੇ ਜਿਹੜੇ ਜੁਗਾੜ ਲੈਂਦੇ ਉਹਦੇ ਨਵੇਂ ਜੁਗਾੜ ਚੈੱਕ ਕਰੋ ਥੋੜ੍ਹੇ ਜਿਹੇ ਤੇ ਨਿੰਮੇ ਜਿਹੇ ਵਕਫੇ ਤੋਂ ਬਾਅਦ ਚਾਹ ਆ ਗਈ ਬਾਈ ਜਾਨ ਆਪਣੇ ਚਾਹ ਉੱਤੇ ਪਏ ਵੇ ਇੱਕ ਕੰਮ ਦੇਖਣੇ ਚਲੋ ਤੇਰੀਆ ਹਾਂ ਫਿਰ ਸਾਹਿਬ ਵੀ ਲੱਤਾਂ ਕੰਮ ਦੇ ਚੈੱਕ ਕਰਤਾ ਕੈਮਰੇ ਦੇ ਵਿੱਚ ਲੱਤ ਅਸਲਾਮ ਵਾਲੇਕੁਮ ਕੀ ਹਾਲ ਹੈ ਬਰਾਦਰਾਨ ਇਸਲਾਮ ਠੀਕ ਹੋ ਬਾਈ ਸਾਹਿਬ ਆਓ ਹਫੇ ਸਾਹਿਬ ਕੱਲ ਕਿੱਥੇ ਗਾਇਬ ਆਵੇ ਯਾਰ ਕੱਲ ਜੁਮਾ ਆਈ ਸਾਥ ਵਿਗੜਾ ਖੜੇ ਪਏ ਪਾਣੀ ਕਿਉਂ ਨਹੀਂ ਵਾਲਾ ਇਹ ਗੱਲ ਕਿਉਂ ਨਹੀਂ ਦੱਸ ਕੇ ਗਿਆ ਪਾਣੀ ਜ਼ਿਆਦਾ ਲੈ ਗਿਆ ਇਹ ਭਾਈ ਸਾਡਾ ਨਹੀਂ ਮਾਲੂਮ ਨਹੀਂ ਕੁਝ ਪੁੱਛਾ ਪੁੱਛਾ ਮੈਨੇ ਕੁਝ ਪਾਣੀ ਇਹ ਆਪੜੀਆਂ ਦੀਵਾਰਾਂ ਤੇ ਪਾਣੀ ਨਹੀਂ ਲਾ ਸੰਗਾ ਸਾਰੀਆਂ ਸੜ ਸੁੜ ਗਈਆਂ ਬਸ ਅਰੇ ਕੌਣ ਭੋਂਕ ਰਹਾ ਹੈ ਇਹ ਬਦਤਮੀਜ਼ ਅਸਾ ਪਾਣੀ ਲੈਣ ਵਧਿਆ ਤੇ ਪਾਣੀ ਨਹੀਂ ਲਾ ਸਕਦੇ ਪਤਾ ਨਹੀਂ ਮਤ ਅੱਗਾ ਤਾਂ ਕਿਆ ਅਸਲਾਮ ਵਾਲੇਕੁਮ ਕੀ ਹਾਲ ਹੈ ਬਰੋ ਠੀਕ ਹੋ ਤਬੀਅਤ ਨੀਅਤ ਹਰ ਬਲਾ ਠੀਕ ਹੈ YouTube ਚੈਨਲ ਦੇ ਪਏ ਵੇਲਾ ਵਾਂ Facebook ਪੇਜ ਵੀ ਵੇਲਾ ਵਾਂ ਲਾਈਨ ਨੂੰ ਸਬਸਕ੍ਰਾਈਬ ਤੇ ਫਾਲੋ ਕਰਕੇ ਰਹੇ ਓਕੇ ਲੁੱਕ ਰਹੇ ਨੇ ਅੱਜ ਵੀਡੀਓ ਕੱਲ ਵਲੌਗ ਬਣਾਇਆ ਕਰਾਂ ਸਾਹਿਬ ਜੀ ਵੀਡੀਓ ਹੈ ਤੇ ਅੱਜ ਬਾਅਦ ਦੀਦਾਰ ਤੁਹਾਨੂੰ ਕਰਾ ਦਿੱਤਾ ਹੈ ਖੂਬਸੂਰਤ ਜੇ ਚਿਹਰਾ ਤੋਂ ਹਾਫਿਜ਼ ਸਾਹਿਬ ਇਮਰਾਨ ਤੇ ਉਹ ਇਜਾਜ਼ ਹੁਸੈਨ ਮਿਸਤਰੀ ਸਾਹਿਬ ਪਲੇਟਾਂ ਨੂੰ ਇਹਨਾਂ ਸਾਈਡ ਤੇ ਲਾ ਦਿੱਤੇ ਉਹਦੇ ਨਾਲ ਮੰਜੀ ਦੇ ਨਾਲ ਅੱਗੂ ਨਾ ਥਿੰਦਾ ਬੰਦ ਥੀ ਵੈਸੇ ਤੇ ਭੀੜ ਪੋਸਣ ਮਿਸਾਲਾ ਤਿਆਰ ਹੈ ਕਿਉਂਕਿ ਮੈਂ ਅੱਜ ਥੋੜ੍ਹਾ ਲੇਟ ਆਇਆ ਤੇ ਕੰਮ ਸ਼ੁਰੂ ਕਰੀਂਦੇ ਪਹਿਲਾਂ 1 2 3 ਗੋ ਹੈ ਫਿਊ ਮੋਮੈਂਟਸ ਲੇਟਰ ਅਜਿਹਾ ਤਕਰੀਬਨ 15 ਤੋਂ 20 ਦਿਨਾਂ ਬਾਅਦ ਮੋਟਰਸਾਈਕਲ ਨੂੰ ਧਵਾਇਆ ਚਾ ਕਿਉਂਕਿ ਮੋਟਰਸਾਈਕਲ ਨਾਲ ਬਹੁਤ ਜ਼ਿਆਦਾ ਮੈਲਾ ਕੁਚੈਲਾ ਉੱਥੇ ਵਧਾਇ ਚਲੋ ਆ ਕੇ ਅਸਾਂ ਤਾਂ ਨਾ ਥਾਂ ਤੇ ਮੋਟਰਸਾਈਕਲ ਨੂੰ ਧਵਾਉਂ ਸੈਕਿੰਡ ਧਵਾਇਆ ਚਾ ਸਾਹਮਣੇ ਹੈਵੀ ਟੀ ਆ ਚੁੱਕੇ ਮਿਸਤਰਾਂ ਦੀ ਟੀ ਉੱਤੇ ਮੈਂ ਪਹੁੰਚਾ ਚੁੱਕਾ ਅਤੇ ਮੋਟਰਸਾਈਕਲ ਮੈਂ ਧੁੰਦਾ ਕਰਾਂ ਮੈਂ ਆਪਣੀ ਚਾਹ ਪੀ ਕੇ ਨਾ ਬਾਅਦ ਇਨਸ਼ਾਅੱਲਾ ਮਿਲਦੇ ਹਾਂ ਮੋਟਰਸਾਈਕਲ ਨੂੰ ਫਰੈਸ਼ ਕਰਕੇ ਥੋੜ੍ਹੀ ਦੇਰ ਤਾਈਂ ਚਾਹ ਇਸ ਵੀ ਆਈ ਪੀ ਚਾਰਜ ਆ ਚੁੱਕੇ ਬਾਏ Few moments later. ਸਾਬ ਸਿਰਫ ਕੱਲ ਪਰਸੋਂ ਨੂੰ ਪਟੇ ਕਿਤੇ ਕੱਲ ਜੁਮਾ ਆਏ ਆਈ ਵਾਤ ਆ ਗਏ ਅੱਲਾ ਮਾਲੇ ਕਰੇਗਾ ਕਿਹੜਾ ਕਿਹੜਾ ਚਾਂ ਚੜੀ ਨੇ ਵੱਧੇ ਚਾਂ ਚੜੀ ਨੇ Few moments later. ਸਾਹਮਣੇ ਪਲੇਟੋ ਕਾ ਪੈਨਲ ਲੱਗਾ ਹੋਇਆ ਹੈ ਨਲੀ ਚੱਲ ਰਹੀ ਹੈ ਕਹਿੰਦੇ ਆਪ ਕੀ ਕਾਂਡੀ ਜਾਂ ਕੀ ਕਰ ਰਹੀ ਹੈ ਵੇਲੇ ਖੜੋਤੇ ਇਹ ਪਰਲੇਨ ਤੋਂ ਭਜਾ ਛੋੜੇ ਕੀ ਤਮਾਸ਼ਾ ਬਣਾਈ ਖੜਾ ਹੈ ਬੜਾ ਹਰਾਮੀ ਹੋ ਬੇਟਾ ਅਸਲ ਇਹਨੂੰ ਤਾਂ ਵੇਲਾ ਛੋੜ ਦਿੱਤਾ ਬਿਲਕੁਲ ਇਹ ਕੰਮ ਕਾਨੀ ਕਰੇਂਦਾ ਪਿਆ ਸੱਜੇ ਰਾਂਦੇ ਹੈ ਮਿਸਾਲਾ ਬਣਾ ਕੇ ਆਜ਼ਾਦ ਥੀ ਵੈਂਦਾ ਹੈ ਉਹ ਭਾਈ ਜਾਨ ਮੈਂ ਇਸ ਇਹੋ ਵੇਚ ਕੇ ਤਾਂ ਮੈਂ ਸ਼ਾਦੀ ਕਰਨੀ ਆਰਾਮ ਕਰ ਖਾਣ ਕਿਤੇ ਬੰਨੀ ਚਾਹੀ ਵੈਂਦਾ ਸ਼ਾਦੀ ਸੇ ਬੜੀ ਪਈ ਜੀ ਹਾਂ ਸ਼ਾਦੀ ਸੇ ਮੈਂ ਬੜੀ ਪੜੀ ਹੈ ਮਿਸਟਰ ਤਕਰੀਬਨ ਰੋਟੀ ਖਾਣ ਦਾ ਟਾਈਮ ਥੀ ਚੁੱਕਾ ਚਾਹ ਨਾ ਮੈਂ ਪਿਲਾ ਛੋੜਿਆ ਹੈ ਤੁਹਾਨੂੰ ਵੀਡੀਓ ਦਿਖਾਈ ਹੈ ਤਾਂ ਹੁਣ ਇਨਸ਼ਾਅੱਲਾ ਇਹਨਾਂ ਦਾ ਰੋਟੀ ਖਾਣਾ ਨੇ ਸਾਹਮਣੇ ਕੱਟ ਵੀ ਪਏ ਮੈਂ ਤਾਂ ਨਜ਼ਰ ਨਾ ਲੱਗ ਵਾਲੀ ਸਾਰੇ ਮਿਸਤਰੀਆਂ ਨੂੰ ਯਾਰ ਖਵਾ ਦੇ ਖੜੇ ਨਾ ਭਾਈ 14 ਫੁੱਟ ਤੇ ਇਸ ਵਜ੍ਹਾ ਤੋਂ ਮੈਂ ਨਾ ਕਰਨਾ ਰੋਟੀ ਕਿਤੇ ਆਉਂਦੇ ਇਨਸ਼ਾਅੱਲਾ ਮਿਲਦੇ ਆ ਥੋੜੀ ਦੇਰ ਤਾਈਂ ਬਾਏ Few moments later. ਡਿਊਟੀ ਲੱਗੇ ਰੋਟੀ ਛੋਟੀ ਖਾਣ ਤੋਂ ਬਾਅਦ ਪੈਣਾ ਤੁਸੀਂ ਨਾ ਇਸ ਨੂੰ ਚਾਰੋਂ ਪਾਸੇ ਨਾ ਤਰੀ ਲਾਉਣੀ ਕਿਉਂਕਿ ਜ਼ਰਾ ਨਾ ਦੀ ਤਫੀ ਜ਼ਰਾ ਜ਼ਿਆਦਾ ਹੈ ਤਾਂ ਤਰੀ ਤਕਰੀਬਨ 4 ਟਾਈਮ ਲਾਉਣੀ ਦਿਹਾੜੇ 4 ਦਫਾ ਨੇ ਇਸ ਨੂੰ ਲਾਜ਼ਮੀ ਤਰੀ ਕਰਨੀ ਕਿਉਂਕਿ ਨਵੀਂ ਸਿਮਟ ਹੈ ਤਾਂ ਤਰੀ ਲਾਜ਼ਮੀ ਹੈ ਤਰੀ ਲਾ ਕੇ ਇਨਸ਼ਾਅੱਲਾ ਥੋੜ੍ਹੀ ਦੇਰ ਦੇ ਬਾਅਦ ਮਿਲਦੇ ਹਾਂ ਥੋੜ੍ਹਾ ਵਹਿਣਾ 20 ਚਾਕੇ 20 ਨਹੀਂ 19 ਚਾਕੇ ਤਾਂ ਇਨਸ਼ਾਅੱਲਾ ਮਿਲਦੇ ਹਾਂ ਥੋੜ੍ਹੀ ਦੇਰ 'ਤੇ ਖਾਣ ਬਾਗ ਨੂੰ ਅਤੇ ਬਾਅਦ ਇਨਸ਼ਾਅੱਲਾ ਮਿਲਦੇ ਹਾਂ ਥੋੜ੍ਹੀ ਦੇਰ 'ਤੇ ਬਾਏ ਡਾਏ Few moments later. ਥੋੜ੍ਹੇ ਜਿਹੇ ਤੇ ਨਿੰਮੇ ਜਿਹੇ ਵਕਫੇ ਤੋਂ ਬਾਅਦ ਚਾਹ ਆ ਗਈ ਬਾਈ ਜਾਨ ਆਪਣੀ ਚਾਹ ਉੱਤੇ ਪਏ ਵੇ ਇੱਕ ਪਿਆਲੀ ਹਵੇ ਸੇ ਇਹ ਲਓ ਆਪਣੀ ਦੂਸਰੀ ਪਿਆਲੀ ਹੋਰ ਸਾਡੇ ਕੋਲ ਚਾਹ ਨਹੀਂ ਮੰਗਣੀ ਮੈਂ ਤੇ ਮਰਾਂ ਦੀਆਂ 2 ਪਿਆਲੀਆਂ ਬਚ ਗਈਆਂ ਬਾਈ ਜਾਨ ਯੂਟਿਊਬ ਤੇ ਵਾਇਰਲ ਥੀ ਹੋਇਆ ਸੋ ਟੈਨਸ਼ਨ ਨਹੀਂ ਕਰਨ ਅੱਛਾ ਬੈਨ ਰੱਖ ਤੇ ਸਭ ਤੋਂ ਪਹਿਲੇ ਚਾਹ ਪੀ ਗਏ ਠੀਕ ਹੈ ਜੀ ਮੱਥੇ ਤੇ ਤੇਲ ਥੋੜਾ ਲਾਇਆ ਕਰ ਖੁਦਾ ਦਾ ਬੰਦਾ ਤੂੰ ਤਾਂ ਤ੍ਰਿਮਦਾ ਬੈਠਾ ਤੇਲ ਤਾਂ ਕਾਸ਼ੀ ਕੋਨੇ ਹਾਂ ਪਸੀਨਾ ਹੈ ਨਾ ਪਸੀਨਾ ਹੀ ਕੋਨੇ ਪਰ ਮੈਂ Few moments later. ਨਾਨ ਕਵਾਦਾ ਪਟੀਦਾ ਪੇ ਉੱਤੇ ਥੋਲਾ ਜਿਹਾ ਕੰਮ ਰਾਂਦੇ ਪਿੱਲਰ ਵਾਲਾ ਉਹ ਮੈਂ ਤੁਹਾਨੂੰ ਕਿਹਾ ਸਾਂ ਜੇ ਲੈ ਕੰਪਲੀਟ ਸੀ ਵੈਸੇ ਪਿੱਲਰ ਲੱਗ ਵੈਸੇ ਦਾ ਮਿਸਤਰੀ ਸਾਹਿਬ ਬਸ ਹੁਣ ਆਖਰੀ ਚੁੰਡੇ ਤੇ ਆ ਬੜੇ ਇਹ ਸਾਈਡ ਵਾਲੇ ਸਾਰੇ ਜਿਹੜੇ ਇੰਨਾ ਬਾਂਸ ਪੱਟ ਕੇ ਉਨੀ ਸਾਈਡ ਬੈਕ ਸਾਈਡ ਦੇ ਉੱਤੇ ਇਹਦੂ ਲੈ ਦੇ ਮੈਂ ਕਵਾਦਾ ਸੈਟਿੰਗ ਕਰੇਂਦੇ ਵਦਨ ਕਵਾਦੇ ਲਾਉਣ ਇਹ ਸਾਈਡ ਵਾਲਾ ਕੰਪਲੀਟ ਸੀ ਗਏ ਇਹ ਮੈਂ ਤੁਹਾਨੂੰ ਇਨਸ਼ਾ ਥੋੜ੍ਹੀ ਦੇਰ ਤਰੀਕੇ ਨਾ 2 ਪਿੱਲਰ ਆਉਂਦੇ ਪੈਨੋ ਲਾਗਨੇ ਸਵਾਦ ਅਤੇ ਬਾਅਦ ਇਨਸ਼ਾ ਤੁਹਾਨੂੰ ਫੁੱਲ ਮਾਹੌਲ ਲਿਖਿਆ ਸਾਂ ਇਹਦੂ ਪੌੜੀ ਛੋੜੀ ਲਾ ਕੇ ਅਤੇ ਸਵਾਦ ਉਹਨਾਂ ਨਵੇਂ ਕਵਾਦੇ ਫਿਟਿੰਗ ਕਰੇਂਦੇ ਆਪਣਾ ਆਫਿਸ ਹੈ Few moments later. ਮੈਂ ਕਹਿੰਦਾ ਕਿ ਕਮਾਰੀ ਤੇ ਹੁਣ ਅਸਾਂ ਕਿਤੇ ਵੰਦੇ ਪੈ ਕਿਉਂਕਿ ਛੋਟੀਆਂ ਤਾਂ ਉਸ ਨਾ ਗਵਾਜ਼ਾਰ ਨਾ ਉਹ ਤੇ ਵੀ ਜ਼ਿਆਦਾ ਖਰਾਬ ਉਲਟੀਆਂ ਦੇ ਕੁਝ ਹੋਣ ਤੇ ਡਾਕਟਰ ਕੋਲ ਨੇ ਉਹ ਨਿਕਾਲ ਲੈ ਕੇ ਮੈਂ ਉਹ ਆਵੜ ਨਹੀਂ ਸਕਦਾ ਕਿ ਡਾਕਟਰ ਤੇ ਗਿਆ ਮੈਂ ਚਲੋ ਮੈਂ ਆ ਗਿਆ ਹੁਣ ਸੈਕਲ ਨੂੰ ਕਿਕ ਮਾਰ ਗਿਆ ਹੁਣ ਮੈਂ ਪਿਆ ਉਹਨਾਂ ਦੇ ਘਰ ਕਣਕ ਆ ਭਾਈ ਜਾਨ ਸਾਰੇ ਕੋਲ ਨਾ ਬਿਲਕੁਲ ਤਿਆਰ ਤੇ ਕਣੇ ਜੇ ਨਹੀਂ ਮਹੀਨਾ ਦੇ ਨਹੀਂ ਦੱਸ ਖੋਤੀ ਵੜ ਗਏ Few moments later.
2000 years. ਰਾਟ ਕਰ ਮਾਇਆ ਵਾਲ ਪਿਛਾ ਤੇ ਹੁਣ ਹਾਫਿਜ਼ ਸਾਹਿਬ ਆ ਕੇ ਕਿਲ ਗਿੰਦਾ ਭਾਈ ਜਾਨ ਇੱਕ ਹਿੰ ਕਿਲ ਆਪਣੇ ਛੋਟੇ ਨਹੀਂ ਨਾਲ ਡੂ ਵਾਲੇ ਨਹੀਂ ਸੁਬਾਹ ਵੱਡੇ ਕਿੰਨਾ ਲੱਭਦੇ ਸੱਜੇ ਲਾ ਡੂ ਨਿੱਕੇ ਕਿਲ ਡੂ ਵਾਲੇ ਭਾਈ ਡੂ ਵਾਲੇ ਡੂ ਵਾਲੇ ਹਾਂ ਹਾਂ ਡੂ ਵਾਲੇ ਗਿਆ ਡਾਕਟਰ ਕੋਲ ਤੋਂ ਛੋਟੇ ਬਣੀ ਦਾ ਹੱਥ ਲਿਖਵਾ ਕੇ ਵਾਲ ਆਇਆ ਹੁਣ ਇਹਨਾਂ ਕੇ ਕਿਲੇ ਕਿਉਂਕਿ ਸ਼ੇਰ ਦੀ ਮਾਰਨ ਕਿਲ ਆਵੇ ਸਾਹਿਬ 25 ਕਿਲ ਹੈ ਲਗਾ ਦੋ ਜਹਾਂ ਜਹਾਂ ਲਗਾਉਣੇ ਔਰ ਜਲਦੀ ਕੰਮ ਕਰੋ ਭਾਈ ਜਾਨ ਕਿਵੇਂ ਦੇਖ ਰਹੀ ਨੇ ਅੱਜ ਕੱਲ੍ਹ ਭਾਈ ਜਾਨ ਇੱਥੇ ਹੋਲਡ ਕਰਨਾ ਹੈ देसी जुगाड़ दिखाना है चलो आई विल वेट देसी जुगाड़ आपका दिखाने के लिए ओके फ्यू मोमेंट्स लेटर हाल ही में ये साइड कंप्लेंट नहीं थी तकरीबन डेढ़ डेढ़ खत्म थी चुकी है असर दान आवण वाले एक खाले में पिल्ला रहा है जल्दी कंप्लीट थी तो मैं इंशाल्लाह थोड़ा ये सीन दिखा देना सारा ना केला ना कड़ा शेडे तकरीबन घंटा थी गया केला ने लेने घंटे के बीच सिर्फ दो किल लगे बाकी सारे किल जिठे हुए तले आए पर मैं चाह चाह पे साथ देख ना किल एक किल आया पे ए पी है नवा उस्ताद है इमरान साहब उस तरह किल ला लेते हैं सिर्फ 5 मिनट के बीच हां हाफिज साहब कैच कर कैच कर लत ही कम देखने चलो तेरिया हां हाफिज साहब भी लत कम दे चेक कर करता ਕੈਮਰਾ ਦੇ ਵਿੱਚ ਵੀ ਲਤਾ ਕੰਮ ਦੇ ਪੈਣ ਉਹ ਕਿਲ ਗਿਆ ਪਈ ਉਹ ਇਹ ਆਇਆ ਪਈ ਕਿੱਥੇ ਨਜ਼ਰ ਲਾਏ ਨਾ ਨਜ਼ਰ ਕਿਲ ਲਾਈ ਕਿਲ ਤੁਹਾਡੇ ਕੋਲ ਲੱਗਦਾ ਨਹੀਂ 5 ਕਿਲਾਂ ਤਾਂ 4 ਘੰਟੇ ਤੋਂ ਲਾ ਰਹੇ ਹਨ ਪਾਕਿਸਤਾਨੀ ਆਵਾਮ ਤੋਂ ਪਿੱਛੇ ਬਾਸੇ ਜਿਹੜੇ ਜੁਗਾੜ ਲੈਂਦੇ ਉਹਦੇ ਨਵੇਂ ਜੁਗਾੜ ਚੈੱਕ ਕਰੋ ਸੇਮਾੜ ਦਾ ਬਾਟਾ ਆਉਣਾ ਤਲੇ ਮਿਸਤਰੀ ਕੋਲ ਆਉਂਦਾ ਪਿਆ ਚੈੱਕ ਕਰੋ ਭਾਈ ਤੁਸੀਂ ਅਖੀਰੀ ਵੇ ਤੁਹਾਡੇ ਬਾਅਦ ਕਿਆਮਤ ਹੈ चेक करो जी मैं त्रकड़ी नहीं होंगे बधी हुई है बाट जाव कोई चांस ही नहीं अखीरी वेला लाओ फ्यू मोमेंट्स लेटर टाइम तकरीबन असर दिन आवाज भी लेट थी गई असर दिन बड़ा टाइम थी गया है ना तो सारा के चाह सू पिलवा क्योंकि जो आज कम है ना वो तकरीबन शाम की थी बनाए क्यों थी बनाए क्योंकि एक साइड थी गई तकरीबन मुकम्मल उसका कवाजा पटना है कवाजा फुकरी खेना कवाजा पट के ना नवे पास लाने क्योंकि सिगरे नाल ना ਕੰਮ ਸ਼ੁਰੂ ਥੀ ਹੁੰਦੇ ਸਾਰੇ ਜਿਹੜਾ ਉਹ ਬੈਠੇ ਨੇ ਬਾਂਸ ਬੈਠੇ ਨੇ ਇਹ ਬਾਂਸ ਫਟੇ ਛਟੇ ਲਾ ਕੇ ਵਾਰ ਸਾਰੀ ਸੈਟਿੰਗ ਕਰਕੇ ਅਤੇ ਪਰਲੇ ਸੜ ਲਾਉਣੇ ਸਾਜੀ ਤੁਹਾਡਾ ਨਾ ਇਹ ਕਿਆ ਦੇ ਡਿਨਰ ਆ ਗਏ ਭਾਈ ਜਾਨ ਉੱਤੇ ਹੈ ਬੇਟੀ ਹੈ ਬੇਟੀ ਆਪਕੇ ਆ ਚੁੱਕੇ ਹੈ ਬੇਟੀ ਆਪਣੇ ਮੈਂ ਸ਼ਗਿਰਦ ਕੋ ਦੇਖਣਾ ਹਾਫਿਜ਼ ਸਾਹਿਬ ਨੂੰ ਇਹ ਬਾਂਸ ਪਟਾ ਪੇ ਜਲਦੀ ਕਰ ਹਾਫਿਜ਼ ਸਾਹਿਬ ਚਾਹ ਚਾਹ ਆਪਣੇ ਲਾਇਕ ਚਾਹ ਵੀਟੀ ਨਵੇਂ ਸਾਰੇ ਚਾਹ ਫਿਊ ਮੋਮੈਂਟਸ ਲੇਟਰ ਨੈਟ ਦਾ ਟਾਈਮ ਸੀ ਗਏ ਤੇ ਹੁਣ ਮੈਂ ਨੈਟ ਤੇ ਨੈਟ ਖੇਡਿਆ ਤੇ ਇਹਨਾਂ ਦਾ ਕੰਮ ਵੀ ਐਂਡ ਹੈ ਤੇ ਇਹ ਆਪਣਾ ਕਵਾਜ਼ਾ ਲਾ ਕੇ ਘਰ ਲੱਗੇ ਵੈਸੇ ਅਸਾਂ ਵਾਂਗ ਕਿ ਹੁਣ ਨੈਟ ਦਾ ਸ਼ੁਕਰ ਲੈਣੇ ਦਾ ਨੈਟ ਖੇਡੇ ਇਨਸ਼ਾਅੱਲਾ ਨੈਟ ਤੋਂ ਬਾਅਦ ਮਿਲਦੇ ਹਾਂ ਥੋੜੀ ਦੇਰ ਤੋਂ ਬਾਅਦ ਬਾਏ ਫਿਊ ਮੋਮੈਂਟਸ ਨੇ ਵਾਲੇ ਨਰੰਗੇ ਖੋਕਰ ਸਦੀਲੇ ਪਠਾਨ ਅਵਾਂ ਸਾਰੇ ਕੰਬਲੀ ਦਾ ਕੰਮ ਆ ਨਹੀਂ ਕੱਟੇ ਥੀ ਚੁੱਕੇ ਨੈਟ ਦੇ ਉਤੇ ਤੇ ਕਜੀ ਤਾਂ ਇਹ ਰੋਲਾ ਦੇ ਨਹੀਂ ਪੂਦਾ ਸਾਰੇ ਨੈਟ ਦੇ ਮੈਂ ਤਾਂ ਬੜਾ ਭੜਾ ਪੋਣਾ ਵੇ ਇਨਸ਼ਾਅੱਲਾ ਕੱਲ ਨਵੀਂ ਵੀਡੀਓ ਤੇ ਨਵੇਂ ਵਲੌਗ ਮਿਸ ਤੱਕ ਲਈ ਅੱਲਾ ਹਾਫਿਜ਼।